ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਚਿਮਟੇ ਦਾ ਦੂਸਰਾ ਹੱਥ ਆਪਾਂ ਇਹਦੇ ਵਿੱਚ ਸਿੱਖਣਾ, ਜਿਹਨੂੰ ਤੱਫਾ ਕਹਿੰਦੇ ਨੇ। ਪਹਿਲਾ ਹੱਥ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ। ਜੇ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਨੀਚੋਂ ਖੋਲ੍ਹ ਕੇ ਅਤੇ ਉਹਦੇ ਵਿੱਚ ਉਹਦਾ ਲਿੰਕ ਮਿਲ ਜਾਣਾ। ਨਹੀਂ ਸਾਡਾ ਚੈਨਲ ਪੂਰਾ ਖੋਲ੍ਹ ਲਿਓ ਅਤੇ ਹਰਮੋਨੀਅਮ ਸਿਖਾਉਣੀਆਂ ਅਤੇ ਹੋਰ ਇੱਦਾਂ ਦੀ ਵੀਡੀਓ ਆਪਾਂ ਲਿਆਉਣੇ ਰਹਿੰਦੇ ਹਾਂ। ਸੋ ਆਓ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ। ਇਹ ਚਿਮਟਾ ਜੋ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਦੱਸਿਆ ਸੀ ਕਿ ਇਹਨੂੰ ਇੱਥੇ ਇਹਨੂੰ ਪੱਤੀ ਤੱਕ ਖੋਲ੍ਹ ਕੇ ਫੇਰ ਵਜਾਈਦਾ, ਧਾਰਨਾ ਵਾਲਾ ਚਿਮਟਾ ਜੋ ਵੀ ਹੁੰਦਾ, ਅਤੇ ਫੜਨਾ ਕਿੱਦਾਂ ਹੈ ਉਹ ਚਿਮਟਾ ਆਪਣੇ ਹਿਸਾਬ ਦੇ ਨਾਲ। ਕੋਈ ਤਾਂ ਇੱਥੋਂ ਵੀ ਹੱਥ ਪਾਲਣਾ, ਕੋਈ ਇੱਦਾਂ, ਪਰ ਫੜਨ ਦਾ ਤਰੀਕਾ ਕੀ ਹੈ, ਦੋ ਉਂਗਲਾਂ ਵਿਚਾਲੇ, ਇੱਕ ਇੱਥੇ ਔਰ ਇਹ ਛੋਟੀ ਉਂਗਲੀ ਦੇ ਇੱਦਾਂ ਪੱਤ ਹੋਣਾ, ਇੱਧਰੋਂ ਕੜਾ ਇੱਦਾਂ ਪੂਰੇ ਹੱਥ ਦੇ ਨਾਲ ਫੜਨਾ, ਅੰਗੂਠਾ ਇੱਥੇ ਹੁੰਦਾ। ਆਓ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ। ਇਸ ਤੋਂ ਪਹਿਲਾਂ ਤੁਹਾਡੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਕੋਈ ਵੀ ਇਸ ਨਾਲ ਰਿਲੇਟਡ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੀ। ਪਹਿਲਾਂ ਆਪਾਂ ਹੱਥ ਸਿਖਾਇਆ ਸੀ ਇਹ, ਮੈਂ ਉਹ ਥੋੜ੍ਹਾ ਜਿਹਾ ਦੱਸ ਦਿੰਦਾ। ਇੱਕ ਦੋ ਤਿੰਨ ਚਾਰ ਇੱਦਾਂ ਇਹ ਚੀਜ਼ ਦੱਸੀ ਸੀ ਪਹਿਲਾਂ ਸ਼ੁਰੂਆਤ ਦੇ ਵਿੱਚ। ਜਿਨ੍ਹਾਂ ਨੇ ਉਹ ਨਹੀਂ ਦੇਖੀ ਉਹ ਤਾਂ ਜ਼ਰੂਰ ਵੇਖਿਓ ਵੀਡੀਓ, ਉਸ ਤੋਂ ਬਾਅਦ ਇਹ ਵੀਡੀਓ ਵੇਖਿਓ। ਪਹਿਲਾਂ ਆਪਾਂ ਇਹ ਹੱਥ ਫਿਰ ਉੱਪਰ ਸਿਖਾਇਆ ਸੀ, ਇੱਕ ਦੋ ਤਿੰਨ ਚਾਰ ਇੱਦਾਂ, ਇਹ ਚੀਜ਼ ਦੱਸੀ ਸੀ। ਉਦੋਂ ਬਾਅਦ ਥੋੜ੍ਹਾ ਦੱਸਿਆ ਸੀ ਵੀ ਅੱਜ ਆਪਾਂ ਤੱਫਾ ਦੂਸਰਾ ਹੱਥ ਜਿਹਨੂੰ ਕਹਿੰਦੇ ਨੇ, ਜੋ ਕਿ ਸੰਤਾਂ ਮਹਾਂਪੁਰਖਾਂ ਨਾਲ ਵੱਜਦਾ ਰਾੜਾ ਸਾਹਿਬ ਜਿੱਦਾਂ, ਜਾਂ ਹੋਰ ਇੱਦਾਂ ਦੇ ਇੱਧਰ ਸੰਤ ਨੇ ਮਸਤੂਆਣਾ ਸਾਹਿਬ, ਅਤੇ ਉਹਨਾਂ ਨਾਲ ਵੱਜਦਾ ਇਹ ਹੱਥ, ਉਹਨਾਂ ਦੀਆਂ ਧਾਰਨਾ ਦੇ ਵਿੱਚ ਉਹ ਤੱਫੇ ਦੇ ਵਿੱਚ ਹੀ ਜ਼ਿਆਦਾ ਪੜ੍ਹਦੇ ਨੇ। ਉਹ ਹੱਥ ਦੱਸਣ ਜਾ ਰਿਹਾ ਉਹ ਕਿੱਦਾਂ ਵਜਾਉਣਾ ਜੀ। ਪਹਿਲਾਂ ਤਾਂ ਆਪਾਂ ਇੱਦਾਂ ਵਜਾਇਆ ਸੀ, ਇੱਕ ਦੋ ਤਿੰਨ ਚਾਰ, ਤਿੰਨ ਆਪਾਂ ਉੱਪਰ ਚੱਕ ਕੇ ਵਜਾਈ ਸੀ ਔਰ ਚੌਥਾ ਇਕੱਲਾ ਖੁੱਲ੍ਹਾ ਵਜਾਇਆ ਸੀ। ਹੁਣ ਆਪਾਂ ਥੋੜ੍ਹਾ ਜਿਹਾ ਚੇਂਜ ਕਰਨਾ ਹੈ, ਕਿੱਦਾਂ ਜੀ? ਪਹਿਲਾਂ ਆਪਾਂ ਇੱਕ 'ਤੇ ਖੁੱਲ੍ਹਾ ਵਜਾਉਣਾ, ਕਿੱਦਾਂ ਜੀ? ਇੱਕ ਦੋ 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 ਇੱਕ ਦੋ ਦੋ। ਪਹਿਲੇ ਦੇ ਵਿੱਚ ਤਾਂ ਪਹਿਲਾਂ ਖੁੱਲ੍ਹੀ ਪੱਤੀ ਵੱਜਣੀ ਆ, ਉਸ ਤੋਂ ਬਾਅਦ ਦੋ, ਕੜਾ ਨਹੀਂ ਵੱਜਣਾ ਜੀ। ਪਹਿਲਾਂ ਵਾਲੇ ਵਿੱਚ ਕੜਾ ਵੀ ਵੱਜਦਾ ਸੀ, ਧਿਆਨ ਦੇਣ ਵਾਲੇ ਇਹਨੇ ਦੁਬਾਰਾ ਦੋ ਦੁਬਾਰਾ ਵੇਖ ਲਿਓ, ਦੋ 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 ਦੋ। ਹੁਣ ਇਹਨੂੰ ਅੱਗੇ ਪਿੱਛੇ ਕਰਕੇ ਕਿੱਦਾਂ ਵਜਾਉਣਾ, ਜਿੱਦਾਂ ਵਜਾਉਂਦੇ ਹੁੰਦੇ ਨੇ ਧਾਰਨਾ ਵਿੱਚ, ਕੋਈ ਵੀ ਧਾਰਨਾ ਹੁੰਦੀ, ਦੋ ਫਿਰ ਉਦੋਂ ਬਾਅਦ ਦੋ, ਇੱਕ ਵਾਰ ਇੱਥੇ ਅੱਗੇ ਜਾਂਦਾ ਚਿਮਟਾ, ਇੱਕ ਵਾਰ ਉਰੇ, ਦੁਬਾਰਾ ਦਿਖਾ ਦਿਓ, ਇੱਕ ਦੋ ਦੋ। ਇਹ ਵੱਜਦਾ ਵੱਜਦਾ ਉਦੋਂ ਬਾਅਦ ਇਹਦਾ ਤੋੜਾ, ਜਿੱਦਾਂ ਪਹਿਲਾਂ ਵਾਲੇ ਦੇ ਵਿੱਚ ਆਪਾਂ ਤੋੜਾ ਕੀਤਾ ਸੀ, ਆਹ ਵੀ ਸੱਤ ਵਾਰੀ ਇੱਦਾਂ ਮਾਰ ਕੇ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, ਇੱਦਾਂ ਤੋੜਾ ਮਾਰ ਕੇ ਦਿੱਤਾ ਉਹਨੇ। ਇਹਦੇ ਵਿੱਚ ਤੋੜਾ ਵੀ ਵੱਖਰੇ ਤਰੀਕੇ ਨਾਲ, ਉਹ ਕਿਵੇਂ, ਮੰਨ ਲਓ ਧਾਰਨਾ ਚੱਲ ਜਾਂਦੀ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲਿਆ ਤੇ। ਇਹ ਤੋੜਾ ਇਹ ਕਿੱਦਾਂ ਵਜਾਉਣਾ,
ਪਹਿਲਾਂ ਦੋ ਵਾਰੀ ਮੰਨ ਲਓ ਸੰਗਤ ਨੇ ਪੂਰਾ ਪੜ੍ਹ ਲਿਆ ਪਿਛਲੇ ਵਾਰ ਆਏ ਜਿੰਨਾ ਮਿਲਿਆ ਤੇਰਾ ਨਾਮ ਆਵੇ ਇੱਕ ਵਾਰ ਹੋ ਗਿਆ ਜੀ ਪੂਰਾ ਜਿੰਨਾ ਮਿਲਿਆ ਤੇਰਾ ਨਾਮ ਆਵੇ ਇੱਥੇ ਥੋੜ੍ਹਾ ਵੱਜਣਾ ਕਿੱਦਾਂ ਜੀ ਇੱਥੋਂ ਖੋਲ੍ਹਣਾ ਆਪਾਂ ਨੇ ਖੁੱਲ੍ਹੇ ਹੱਥ 'ਚ ਕੜਾ ਨਹੀਂ ਇਹਦੇ ਵਿੱਚ ਵੱਜਣਾ ਬਾਕੀ ਤੁਸੀਂ ਆਪਣੀ ਵੀਡੀਓ ਨੂੰ ਰੋਕ ਰੋਕ ਕੇ ਵੇਖ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ ਕਮੈਂਟ ਦੇ ਵਿੱਚ ਉਹ ਜ਼ਰੂਰ ਪੁੱਛਿਓ ਔਰ ਜੇਕਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰੋ ਔਰ ਬੈੱਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਕਿਉਂਕਿ ਇਹੋ ਜਿਹੀਆਂ ਔਰ ਹਰਮੋਨੀਅਮ ਸਿਖਾਉਣ ਦੀਆਂ ਵੀਡੀਓ ਸੀ ਲੈ ਕੇ ਆਉਂਦੇ ਰਹਿਣ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀਆਂ ਇੱਕ ਦੋ ਹਰਮੋਨੀਅਮ ਦੀਆਂ ਵੀਡੀਓ ਵੀ ਆਪਾਂ ਨੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਔਰ ਚਿਮਟੇ ਵਾਲੀ ਵੀਡੀਓ ਉਸ ਦਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਤਲਵਾੜੇ ਦੀ ਵੀਡੀਓ ਆਪਾਂ ਜਲਦ ਹੀ ਲੈ ਕੇ ਆਵਾਂਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ